ਜੋ ਅਕਾਲੀ ਦਲ ਦਾ ਮੈਨੀਫੈਸਟੋ ਹੈ ਉਹਨੇ ਬਹੁਤ ਵੱਡੀ ਗਲਤ ਕੀਤੀ ਹੈ ਕਿ ਉਹ ਪਾਣੀਆਂ ਦੀ ਰਾਖੀ ਅੱਜ ਸਹੀ ਮੈਨੇਜ ਭਗਵੰਤ ਮਾਨ ਜੀ ਕਰ ਰਹੇ ਹੈ ਕਿਉਂਕਿ ਪੰਜਾਬ ਦੇ ਲੋਕ ਕਿਸਾਨ ਜਿਨ੍ਹਾਂ ਨੂੰ ਅੱਜ ਕਦੇ ਬਿਜਲੀ ਨਹੀਂ ਦਿੱਤੀ ਅੱਜ ਬਿਜਲੀ ਮਿਲ ਰਹੀ ਹੈ ਜਿਹਨੂੰ ਅੱਜ ਨਹਿਰੋਂ ਪਾਣੀ ਚੱਕ ਕੇ ਜਿਹੜੇ ਕਿਸਾਨ ਨੂੰ ਪਾਣੀ ਨਹੀਂ ਸੀ ਮਿਲ ਰਿਹਾ ਅੱਜ ਪਾਣੀ ਮਿਲ ਰਿਹਾ ਇਹ ਸਹੀ ਮੈਨਿਆਂ ਚ ਜਿਹੜਾ ਪਾਣੀ ਦਾ ਰਖਵਾਲਾ ਹੈ ਜਾਂ ਪਾਣੀ ਦੀ ਲੜਨ ਵਾਲਾ ਉਹ ਕੱਲਾ ਭਗਵੰਤ ਮਾਨ ਹੈ ਕੋਈ ਹੋਰ ਪਾਰਟੀ ਨਹੀਂ ਉਹ ਕਹਿੰਦੇ ਕਿ ਪੰਜਾਬੀਆਂ ਦੀ ਪਾਰਟੀ ਸਿਰਫ ਅਕਾਲੀ ਦਲ ਹੈ ਬਾਕੀ ਦਿੱਲੀ ਤੋਂ ਚਲਦੀਆਂ ਨੇ ਸਿਰਫ ਮੈਂਬਰ ਪਾਰਲੀਮੈਂਟ ਬਣਾਏ ਜਾਂਦੇ ਨੇ ਪੰਜਾਬੀਆਂ ਦੀ ਪਾਰਟੀ ਤਾਂ ਅੱਜ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਹੈ ਜਿਹੜੇ ਲੋਕਾਂ ਦੇ ਕੰਮ ਕਰ ਰਹੀ ਹੈ ਸਹੀ ਮਹੀਨਿਆਂ ਚ ਜੋ ਕੰਮ 2 ਸਾਲ ਦੇ ਵਿਚ ਭਗਵੰਤ ਮਾਨ ਜੀ ਨੇ ਕਰਕੇ ਦਿਖਾਇਆ ਉਹ 75 ਸਾਲ ਚ ਤੇ ਅਕਾਲੀ ਦਲ ਨੇ ਵੀ ਰਾਜ ਕੀਤਾ ਕਾਂਗਰਸ ਨੇ ਵੀ ਕੀਤਾ ਜੋ ਸਹੀ ਰਖਵਾਲਾ ਅੱਜ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਮੈਨੀਫੈਸਟੋ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਮੈਨੀਫੈਸਟੋ ਕਿਉਂਕਿ ਮੈਨੂੰ ਹਲੇ ਮੈਨੀਫੈਸਟੋ ਮੈਂ ਦੇਖਿਆ ਨਹੀਂ ਪਰ ਸਹੀ ਮਹੀਨੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਪਾਣੀਆਂ ਦੀ ਗੱਲ ਕਰ ਲਓ ਚਾਹੇ ਬਿਜਲੀਆਂ ਦੀ ਗੱਲ ਕਰ ਲਓ ਚਾਹੇ ਜਿਵੇਂ ਅੱਜ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਹੈ ਜਿਵੇਂ ਸਕੂਲਾਂ ਚ ਵਧੀਆ ਪੜ੍ਹਾਈ ਹੋ ਰਹੀ ਹੈ ਚੰਗੇ ਹਸਪੀਟਲ ਬਣ ਰਹੇ ਹੈ ਜਿਹਨੇ 2 ਸਾਲ ਦੇ ਵਿਚ ਜਿੰਨੀਆਂ ਨੌਕਰੀਆਂ 43,000 ਦੇ ਕਰੀਬ ਦਿੱਤੀਆਂ ਸਭ ਤੋਂ ਵੱਡਾ ਰਖਵਾਲਾ ਤਾਂ ਸਾਡੇ ਭਗਵੰਤ ਮਾਨ ਨੇ ਇਹ ਵੀ ਕਹਿ ਰਹੇ ਕਹਿੰਦੇ ਕਿ ਧਰਮ ਦੀ ਰਾਜਨੀਤੀ ਬਾਕੀ ਪਾਰਟੀਆਂ ਕਰਦੀਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਿੰਦੂ ਸਿੱਖ ਈਸਾਈ ਕਿਸੇ ਚ ਵੀ ਕਦੀ ਕੋਈ ਵਿਤਕਰਾ ਨਹੀਂ ਕੀਤਾ ਨਹੀਂ ਜੀ ਇਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਅੱਜ ਪਹਿਲਾਂ ਕਰਦੇ ਰਹੇ ਹੈ ਜਦੋਂ SGPC ਵੇਲੇ ਜਦ ਵੋਟ ਮੰਗਦੇ ਰਹੇ ਆ ਸਿੱਕੀਨੋ ਦੇ ਵੋਟ ਮੰਗਦੇ ਰਹੇ ਹੈ ਪਰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਪੂਰੇ ਪੰਜਾਬ ਦੇ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੀਆਂ ਅੱਜ ਇਕੱਠੀਆਂ ਹੋ ਕੇ ਨੇ ਇਕੱਠੀਆਂ ਹੋ ਕੇ ਸਾਰੀ ਸਾਡੀ ਕੌਮਾਂ ਨੇ ਸਾਡੀਆਂ ਜਿਹੜੀਆਂ ਧਰਮ ਨੇ ਉਹਨੇ ਇਕੱਠੇ ਹੋ ਕੇ ਇੱਕ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਤੇ ਉਹ ਅੱਜ ਕਿਸੇ ਨਾਲ ਕੋਈ ਫਰਕ ਨਹੀਂ ਗਾ ਸਾਰੀਆਂ ਕਾਸਟਾਂ ਕਹਿੰਦੇ ਬੰਦੀ ਸਿੰਘਾਂ ਤੇ NSA ਦੀ ਲੜਾਈ ਵੀ ਅਸੀਂ ਲੜ ਰਹੇ ਐਕਚੁਅਲੀ ਜਿਹੜੀ NSA ਦਾ ਮੁੱਦਾ ਉਹ ਹੈਗਾ ਦਿੱਲੀ ਦਾ ਇਹ ਪੰਜਾਬ ਦਾ ਕੋਈ ਮੁੱਦਾ ਨਹੀਂ ਗਾ ਤੇ ਇਹ ਤਾਂ ਮੋਦੀ ਨੂੰ ਪੁੱਛਣਾ ਚਾਹੀਦਾ ਤਾਂ ਜਵਾਬ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਮੈਨੀਫੈਸਟੋ ਨੂੰ ਲੈ ਕੇ ਦਿੱਤਾ ਗਿਆ ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਭਾਈ ਨਿਊਜ਼ 18 ਫਤਿਹਗੜ੍ਹ ਸਾਹਿਬ ਅਕਾਲੀ ਦਲ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵਿਧਾਇਕ ਸਾਹਿਬ ਕਿਸ ਤਰੀਕੇ ਨਾਲ ਮੈਨੀਫੈਸਟੋ ਦੇਖਦੇ ਕਹਿੰਦੇ ਕਿ ਪੰਜਾਬੀਆਂ ਦੀ ਇਕਲੌਤੀ ਪਾਰਟੀ ਅਕਾਲੀ ਦਲ ਹੈ ਅਸੀਂ ਬਾਕੀ ਪਾਰਟੀਆਂ ਦਾ ਸਿਰਫ ਔਰ ਸਿਰਫ ਮੈਂਬਰ ਪਾਰਲੀਮੈਂਟ ਬਣਾਉਣ ਦੀ ਲੜਾਈ ਲੜ ਰਹੀ ਹੈ ਦੇਖੋ ਜਿਹੜੇ ਅਕਾਲੀ ਦਲ ਦੇ ਕਿਸੇ ਟਾਈਮ ਮੁੱਦੇ ਹੁੰਦੇ ਸੀ ਲੋਕ ਉਹ ਮੁੱਦਿਆਂ ਕਰਕੇ ਵੋਟ ਪਾਉਂਦੇ ਸੀ ਹੁਣ ਜੋ ਅਕਾਲੀ ਦਲ ਡਰਾਮੇ ਕਰਦਾ ਲੋਕਾਂ ਨੂੰ ਇਹ ਪਤਾ ਕਿ 10 ਸਾਲ ਰਾਜ ਚ ਰਹਿ ਗਏ ਜਾਂ 10 ਸਾਲ ਇਹਨਾਂ ਕੋਲ ਸ਼ਾਸਨ ਸੀ ਇਹਨਾਂ ਨੇ ਕੁਛ ਨਹੀਂ ਕਰਿਆ ਹੁਣ ਮੈਨੀਫੈਸਟੋ ਤੋਂ ਮਤਲਬ ਨਹੀਂ ਰਹਿ ਗਿਆ ਲੋਕ ਇਹਨਾਂ ਨੂੰ ਉਸ ਕੰਮਾਂ ਕਰਕੇ ਅੱਜ ਨਫ਼ਰਤ ਕਰਦੇ ਆ ਜੋ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਔਰ ਉਹ ਬੰਦਿਆਂ ਦਾ ਸਾਥ ਦਿੱਤਾ ਕਿਸੇ ਟਾਈਮ ਇਹ ਸੱਚ ਹੈ ਕਿ ਪੰਜਾਬ ਦੀ ਓਰਿਜਨਲ ਪਾਰਟੀ ਹੁੰਦੀ ਸੀ ਲੇਕਿਨ ਅੱਜ ਲੋਕ ਮਹਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਗਦੇ ਆ ਔਰ ਤੁਸੀਂ ਦੇਖਿਆ ਜਦੋਂ 2022 ਦੀ ਇਲੈਕਸ਼ਨ ਸੀ ਸਾਰੇ ਵਰਗਾਂ ਨੇ ਹਰ ਇੱਕ ਕਾਸਟ ਦੇ ਵਰਗ ਨੇ ਹਰ ਇੱਕ ਰਿਲੀਜੀਅਸ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਚਾਹੇ ਸ਼ਹਿਰ ਨੇ ਚਾਹੇ ਪਿੰਡ ਉਹ ਕਹਿੰਦੇ ਕਿ ਪਾਣੀ ਤੇ ਕਿਸਾਨੀ ਦੀ ਲੜਾਈ ਅਸੀਂ ਲੜ ਰਹੇ ਹਾਂ ਇਸ ਕਰਕੇ ਅਸੀਂ ਅਸਤੀਫੇ ਤੱਕ ਦੇ ਦਿੱਤੇ ਦੇਖੋ ਬਿਲਕੁਲ ਝੂਠ ਹੈ ਜੋ ਮਹਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਕਿਸਾਨ ਅੱਜ ਗੱਲ ਕਰਦੇ ਆ ਸੱਤ ਜਾਣੇ ਉਹ ਕਹਿੰਦੇ ਯਾਰ ਤੁਸੀਂ 18 ਘੰਟੇ ਲਾਈਟ ਦੇ ਰਹੇ ਆ ਜਿਹੜੀ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਕਹਿੰਦੇ ਸੀ ਪੰਥਕ ਪਾਰਟੀ ਕਹਿੰਦੀ ਸੀ ਉਹ ਪਾਣੀ ਕਿਉਂ ਨਾ ਦੇ ਸਕੀ ਅੱਜ ਟੇਲਾਂ ਤੇ ਪਾਣੀ ਪਹੁੰਚ ਰਿਹਾ ਅੱਜ ਕੱਸੀਆਂ ਚ ਪਾਣੀ ਜਾ ਰਿਹਾ ਉਹ ਜਿਹੜੀ ਪੰਥਕ ਪਾਰਟੀ ਸੀ ਉਹ ਕਿਉਂ ਨਾ ਦੇ ਸਕੀ ਲੋਕ ਤੁਹਾਨੂੰ ਸਵਾਲ ਕਰਦੇ ਆ ਕਹਿੰਦੇ ਬੰਦੀ ਸਿੰਘਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਜਿਨ੍ਹਾਂ ਤੇ NSA ਲਗਾ ਦਿੱਤਾ ਉਹਨਾਂ ਦੀ ਲੜਾਈ ਅਸੀਂ ਲੜ ਰਹੇ ਸਰ ਜੀ ਗੱਲ ਸੁਣੋ 10 ਸਾਲ ਇਹਨਾਂ ਦਾ ਰਾਜ ਰਿਹਾ BJP ਨਾਲ ਇਹ ਸਾਂਝੀ ਸਰਕਾਰ ਸੀ ਇਹਨਾਂ ਨੂੰ ਜਿਹੜੇ ਛਡਾਉਣੇ ਚਾਹੀਦੇ ਸੀ ਬੰਦੀ ਸਿੰਘ ਅੱਜ ਦੇ ਨੇ ਇਹਨਾਂ ਦੇ ਰਾਜ ਵੇਲੇ ਦੇ ਨੇ ਜੇ ਲੜਾਈ ਲੜਦੇ ਇਹਨਾਂ ਦੀ ਸਰਕਾਰ ਸੀ ਇਹ ਸੈਂਟਰ ਚ ਨੇ ਸਰਕਾਰ ਛਡਾਉਂਦੇ ਫਿਰ ਮੰਨਦੇ ਇਹ ਹੁਣ ਤਾਂ ਡਰਾਮੇ ਆ ਠੀਕ ਹੈ ਧੰਨਵਾਦ ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਭਾਈ ਨਿਊਜ਼ 18 ਫਤਿਹਗੜ੍ਹ ਸਾਹਿਬ